ਇੱਕ ਪੁਲਿਸ ਮੁਲਾਜ਼ਮ ਦੇ ਘਰ ਸਿਲੰਡਰ ਬਲਾਸਟ ਹੋ ਗਿਆ। ਧਮਾਕਾ ਇੰਨੀ ਜ਼ੋਰ ਨਾਲ ਹੋਇਆ ਕਿ 5 ਲੋਕ ਝੁਲਸ ਗਏ, ਉਹਨਾਂ ਨੂੰ ਭਿਆਨਕ ਅੱਗ ਲੱਗੀ ਤੇ ਜਾਨ ਬਚਾ ਕੇ ਘਰੋਂ ਬਾਹਰ ਭੱਜੇ ਨੇ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਹੜਕੰਪ ਮੱਚ ਗਿਆ, ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ। ਧਮਾਕਾ ਇੰਨਾ ਜ਼ੋਰ ਨਾਲ ਹੋਇਆ ਕਿ ਆਂਢ ਗੁਆਂਢ ਸਾਰਾ ਇਕੱਠਾ ਹੋ ਗਿਆ ਔਰ ਮੌਕੇ ਤੇ 5 ਜਾਣੇ ਝੁਲਸੇ ਨੇ ਜੋ ਜਾਨ ਬਚਾ ਕੇ ਇਸ ਘਰ ਦੇ ਵਿੱਚੋਂ ਬਾਹਰ ਨਿਕਲੇ ਨੇ। ਪੁਲਿਸ ਮੁਲਾਜ਼ਮ ਦੇ ਮਾਪੇ ਬੁਰੇ ਤਰੀਕੇ ਨਾਲ ਝੁਲਸ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਰ ਦਾ ਗੈਸ ਖਤਮ ਹੋਇਆ, ਜਿਸ ਤੋਂ ਬਾਅਦ ਸਟੋਰ ਦੇ ਵਿੱਚ ਪਿਆ ਗੈਸ ਸਿਲੰਡਰ ਜਦੋਂ ਉਸਦੀ ਸੀਲ ਖੋਲੀ ਗਈ ਤਾਂ ਉਹ ਲੀਕ ਕਰਨ ਲੱਗ ਪਿਆ। ਇਹਨੇ ਨੂੰ ਪਰਿਵਾਰਕ ਮੈਂਬਰ ਦੇ ਵੱਲੋਂ ਮੇਨ ਸਵਿੱਚ ਆਫ ਕਰ ਦਿੱਤੀ। ਸਿਲੰਡਰ ਨੂੰ ਹਾਲੇ ਚੁੱਕ ਕੇ ਦਰਵਾਜ਼ੇ ਦੇ ਕੋਲ ਹੀ ਲਿਆਂਦਾ ਸੀ ਤਾਂ ਇੱਕਦਮ ਬਲਾਸਟ ਹੋ ਗਿਆ। ਸ਼ਾਰਟ ਸਰਕਟ ਦੇ ਨਾਲ ਇਹ ਭਿਆਨਕ ਅੱਗ ਲੱਗੀ ਹੈ, ਜਿਸ ਦੇ ਨਾਲ 5 ਮੈਂਬਰ ਬੁਰੇ ਤਰੀਕੇ ਨਾਲ ਝੁਲਸ ਗਏ। ਇਹ ਤਸਵੀਰਾਂ ਹਿਸਾਰ ਦੇ ਸਲੇਮਗੜ੍ਹ ਤੋਂ ਸਾਹਮਣੇ ਆਈਆਂ ਨੇ। ਘਰ ਦੇ ਵਿੱਚ ਮਹਿਲਾ ਚਾਹ ਬਣਾਉਣ ਦੇ ਲਈ ਗਈ ਤਾਂ ਗੈਸ ਸਿਲੰਡਰ ਖਾਲੀ ਸੀ, ਦੂਜਾ ਸਿਲੰਡਰ ਸਟੋਰ ਦੇ ਵਿੱਚ ਰੱਖਿਆ ਸੀ, ਜਿਸ ਦੀ ਸੀਲ ਖੋਲਣ ਤੇ ਪਤਾ ਲੱਗਾ ਕਿ ਉਹ ਲੀਕੇਜ ਹੈ। ਇਹਨੇ ਨੂੰ ਮੇਨ ਸਵਿੱਚ ਆਫ ਕਰ ਦਿੱਤੀ। ਜਦੋਂ ਸਿਲੰਡਰ ਨੂੰ ਚੁੱਕ ਕੇ ਦਰਵਾਜ਼ੇ ਦੇ ਕੋਲ ਲਿਆਂਦਾ ਗਿਆ ਤਾਂ ਇੱਕੋ ਦਮ ਉਹ ਫਟ ਗਿਆ, ਬਲਾਸਟ ਹੋ ਗਿਆ ਔਰ ਅੱਗ ਆ ਜਿਹੜੀ 5 ਮੈਂਬਰਾਂ ਨੂੰ ਲੱਗ ਪਈ। ਘਰ ਦੇ ਮੈਂਬਰ ਤੇ ਗੁਆਂਢ ਦੇ ਵਿੱਚ ਰਹਿੰਦੇ ਸ਼ਖਸ ਬੁਰੇ ਤਰੀਕੇ ਦੇ ਨਾਲ ਝੁਲਸ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੱਗ ਬੁਝਾਉਣ ਦੇ ਲਈ ਆਂਢ ਗੁਆਂਢ ਦੇ ਲੋਕ ਵੀ ਇੱਥੇ ਆਏ ਸੀ, ਉਹ ਵੀ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਘਰ ਦੇ ਵਿੱਚ ਇੱਕ ਗੈਸ ਸਿਲੰਡਰ ਬਲਾਸਟ ਹੋਇਆ, 5 ਮੈਂਬਰ ਬੁਰੇ ਤਰੀਕੇ ਨਾਲ ਝੁਲਸ ਗਏ। ਪੁਲਿਸ ਮੁਲਾਜ਼ਮ ਦਾ ਇਹ ਘਰ ਸੀ, ਉਹਨਾਂ ਦੇ ਮਾਪੇ ਵੀ ਇਸ ਅੱਗ ਦੀ ਚਪੇਟ ਵਿੱਚ ਆਏ ਨੇ, ਉਹਨਾਂ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਔਰ ਇਹ ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਇੱਕ ਪੁਲਿਸ ਮੁਲਾਜ਼ਮ ਦੇ ਘਰ ਸਿਲੰਡਰ ਬਲਾਸਟ ਹੋ ਗਿਆ, ਧਮਾਕਾ ਇੰਨੀ ਜ਼ੋਰ ਨਾਲ ਹੋਇਆ ਕਿ 5 ਲੋਕ ਝੁਲਸ ਗਏ, ਉਹਨਾਂ ਨੂੰ ਭਿਆਨਕ ਅੱਗ ਲੱਗੀ ਤੇ ਜਾਨ ਬਚਾ ਕੇ ਘਰੋਂ ਬਾਹਰ ਭੱਜੇ ਨੇ। ਤਸਵੀਰਾਂ ਤੁਹਾਡੀ ਸਕਰੀਨ ਤੇ ਨੇ, ਹੜਕੰਪ ਮੱਚ ਗਿਆ, ਆਂਢ ਗੁਆਂਢ ਦੇ ਲੋਕ ਇਕੱਠੇ ਹੋ ਗਏ। ਧਮਾਕਾ ਇੰਨਾ ਜ਼ੋਰ ਨਾਲ ਹੋਇਆ ਕਿ ਆਂਢ ਗੁਆਂਢ ਸਾਰਾ ਇਕੱਠਾ ਹੋ ਗਿਆ ਔਰ ਮੌਕੇ ਤੇ 5 ਜਾਣੇ ਝੁਲਸੇ ਨੇ ਜੋ ਜਾਨ ਬਚਾ ਕੇ ਇਸ ਘਰ ਦੇ ਵਿੱਚੋਂ ਬਾਹਰ ਨਿਕਲੇ ਨੇ। ਪੁਲਿਸ ਮੁਲਾਜ਼ਮ ਦੇ ਮਾਪੇ ਬੁਰੇ ਤਰੀਕੇ ਨਾਲ ਝੁਲਸ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਘਰ ਦਾ ਗੈਸ ਖਤਮ ਹੋਇਆ, ਜਿਸ ਤੋਂ ਬਾਅਦ ਸਟੋਰ ਦੇ ਵਿੱਚ ਪਿਆ ਗੈਸ ਸਿਲੰਡਰ ਜਦੋਂ ਉਸਦੀ ਸੀਲ ਖੋਲੀ ਗਈ ਤਾਂ ਉਹ ਲੀਕ ਕਰਨ ਲੱਗ ਪਿਆ। ਇਹਨੇ ਨੂੰ ਪਰਿਵਾਰਕ ਮੈਂਬਰ ਦੇ ਵੱਲੋਂ ਮੇਨ ਸਵਿੱਚ ਆਫ ਕਰ ਦਿੱਤੀ। ਸਿਲੰਡਰ ਨੂੰ ਹਾਲੇ ਚੁੱਕ ਕੇ ਦਰਵਾਜ਼ੇ ਦੇ ਕੋਲ ਹੀ ਲਿਆਂਦਾ ਸੀ ਤਾਂ ਇੱਕਦਮ ਬਲਾਸਟ ਹੋ ਗਿਆ। ਸ਼ਾਰਟ ਸਰਕਟ ਦੇ ਨਾਲ ਇਹ ਭਿਆਨਕ ਅੱਗ ਲੱਗੀ ਹੈ, ਜਿਸ ਦੇ ਨਾਲ 5 ਮੈਂਬਰ ਬੁਰੇ ਤਰੀਕੇ ਨਾਲ ਝੁਲਸ ਗਏ। ਇਹ ਤਸਵੀਰਾਂ ਹਿਸਾਰ ਦੇ ਸਲੇਮਗੜ੍ਹ ਤੋਂ ਸਾਹਮਣੇ ਆਈਆਂ ਨੇ। ਘਰ ਦੇ ਵਿੱਚ ਮਹਿਲਾ ਚਾਹ ਬਣਾਉਣ ਦੇ ਲਈ ਗਈ ਤਾਂ ਗੈਸ ਸਿਲੰਡਰ ਖਾਲੀ ਸੀ, ਦੂਜਾ ਸਿਲੰਡਰ ਸਟੋਰ ਦੇ ਵਿੱਚ ਰੱਖਿਆ ਸੀ, ਜਿਸ ਦੀ ਸੀਲ ਖੋਲਣ ਤੇ ਪਤਾ ਲੱਗਾ ਕਿ ਉਹ ਲੀਕੇਜ ਹੈ। ਇਹਨੇ ਨੂੰ ਮੇਨ ਸਵਿੱਚ ਆਫ ਕਰ ਦਿੱਤੀ। ਜਦੋਂ ਸਿਲੰਡਰ ਨੂੰ ਚੁੱਕ ਕੇ ਦਰਵਾਜ਼ੇ ਦੇ ਕੋਲ ਲਿਆਂਦਾ ਗਿਆ ਤਾਂ ਇੱਕੋ ਦਮ ਉਹ ਫਟ ਗਿਆ, ਬਲਾਸਟ ਹੋ ਗਿਆ ਔਰ ਅੱਗ ਆ ਜਿਹੜੀ 5 ਮੈਂਬਰਾਂ ਨੂੰ ਲੱਗ ਪਈ। ਘਰ ਦੇ ਮੈਂਬਰ ਤੇ ਗੁਆਂਢ ਦੇ ਵਿੱਚ ਰਹਿੰਦੇ ਸ਼ਖਸ ਬੁਰੇ ਤਰੀਕੇ ਦੇ ਨਾਲ ਝੁਲਸ ਗਏ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਅੱਗ ਬੁਝਾਉਣ ਦੇ ਲਈ ਆਂਢ ਗੁਆਂਢ ਦੇ ਲੋਕ ਵੀ ਇੱਥੇ ਆਏ ਸੀ, ਉਹ ਵੀ ਬੁਰੇ ਤਰੀਕੇ ਨਾਲ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ। ਤਾਂ ਘਰ ਦੇ ਵਿੱਚ ਇੱਕ ਗੈਸ ਸਿਲੰਡਰ ਬਲਾਸਟ ਹੋਇਆ, 5 ਮੈਂਬਰ ਬੁਰੇ ਤਰੀਕੇ ਨਾਲ ਝੁਲਸ ਗਏ। ਪੁਲਿਸ ਮੁਲਾਜ਼ਮ ਦਾ ਇਹ ਘਰ ਸੀ, ਉਹਨਾਂ ਦੇ ਮਾਪੇ ਵੀ
ਇਸ ਅੱਗ ਦੀ ਚਪੇਟ ਵਿੱਚ ਆਏ ਨੇ। ਉਹਨਾਂ ਨੇ ਘਰੋਂ ਭੱਜ ਕੇ ਆਪਣੀ ਜਾਨ ਬਚਾਈ ਹੈ ਔਰ ਇਹ ਪੂਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ।